ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਇਹ ਪਾਲਕੀ ਦੀ ਗੱਲ ਕੀਤੀ ਹੈ, ਇਸ ਪਾਲਕੀ ਦੇ 39 ਸਾਲ ਲੰਘਣ ਤੋਂ ਬਾਅਦ ਵੀ ਇਸ ਪਾਲਕੀ ਦੇ ਅੰਦਰ ਜਿਹੜੇ ਜ਼ਖਮ ਨੇ ਤੁਸੀਂ ਦੇਖਦੇ ਹੋ ਕਿ ਇਹ ਗੋਲੀਆਂ ਦੇ ਨਿਸ਼ਾਨ ਹੈ ਜਾਂ ਉਹ ਗੋਲੀਆਂ ਦੇ ਜਿਹੜੇ ਨਿਸ਼ਾਨ ਹੈ, ਇਹ ਜਿਉਂਦਾ ਤਿਉਂ ਜਿਹੜੇ ਹਾਲੇ ਵੀ ਉਸ ਸਮੇਂ ਦੀ ਦਾਸਤਾਨ ਨੂੰ ਬਿਆਨ ਕਰਦੇ ਆ। ਜਦੋਂ ਕਿ ਇੱਕ ਐਸਾ ਸਥਾਨ ਹੈ ਜਿਹੜੀ ਕੁੱਲ ਦੁਨੀਆ ਦੀ ਕਾਇਨਾਤ ਨੂੰ ਇੱਥੇ ਸਨਮਾਨਦਾ ਅਤੇ ਹਰ ਵਰਗ ਅਤੇ ਹਰ ਜਾਤ ਦੇ ਅਤੇ ਹਰ ਧਰਮ ਦੇ ਲੋਕ ਇੱਥੇ ਆ ਕੇ ਇੱਕ ਵੱਖਰਾ ਜਿਹੜਾ ਆਨੰਦ ਪ੍ਰਾਪਤ ਕਰਦੇ ਆ। ਅਤੇ ਇਹ ਵੀ ਗੱਲ ਲੋਕ ਅਤੇ ਸਿਆਣੇ ਲੋਕ ਇਹ ਕਹਿੰਦੇ ਆ ਕਿ ਟੈਂਕ ਤੋਂ ਚੜ੍ਹਨ ਦਾ ਕੋਈ ਜ਼ਰੂਰਤ ਨਹੀਂ ਸੀ, ਪਰ ਇਹ ਜਿਹੜਾ ਕੁਛ ਕੀਤਾ ਗਿਆ ਇਹ ਮਾੜੀ ਮਨਸ਼ਾ ਸੀ। ਅਤੇ ਇਸ ਇੱਕ ਧਾਰਮਿਕ ਸਥਾਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਏਡਾ ਕੁ ਡੂੰਘਾ ਜ਼ਖਮ ਅਤੇ ਨਸੂਰ ਆ ਜਿਹੜਾ ਰਿਸ਼ਤਾ ਤੁਰਿਆ ਜਾ ਰਿਹਾ। ਸਿੱਖ ਜਿਹੜੇ ਆ ਹਾਲੇ ਵੀ ਇਸ ਗੱਲ ਦੇ ਸਦਮੇ ਚੋਂ ਜਿਵੇਂ ਕਹਿੰਦੇ ਨੇ ਬਾਹਰ ਨਹੀਂ ਆਏਗੇ। ਜੂਨ 1984 ਜਦੋਂ ਵੀ ਇਹ ਦਿਨ ਲਾਗੇ ਆਉਂਦੇ ਨੇ ਜਿਹੜੇ ਸਿੱਖਾਂ ਦੇ ਜ਼ਖਮ ਆ ਉਹ ਹਰੇ ਹੋ ਜਾਂਦੇ ਨੇ, ਕਿਉਂਕਿ ਭਾਰਤੀ ਫੌਜਾਂ ਦੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ, ਪਰ ਜਿਹੜੇ ਸ਼ਰਧਾਲੂ ਸੀ ਨਿਹੱਤੇ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਬੰਬ ਚਲਾਏ ਗਏ। ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਥਾਨ 'ਤੇ ਮੌਜੂਦ ਹਾਂ ਜਿੱਥੇ ਹਮਲਾ ਹੋਇਆ, ਗੋਲੀਬਾਰੀ ਚੱਲੀ, ਬੰਬ ਸੁੱਟੇ ਗਏ। ਜਿਹੜੇ ਸੰਗਤਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੀਆਂ ਸੀ ਅਤੇ ਛੋਟੇ ਛੋਟੇ ਜਿਹੜੇ ਬੱਚੇ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ। ਭਾਰਤੀ ਫੌਜਾਂ ਦੇ ਵੱਲੋਂ ਜਦੋਂ ਹਮਲਾ ਕੀਤਾ ਗਿਆ ਇੱਕੋ ਮੰਗ ਸੀ ਸੰਤਾਂ ਦੀ ਕਿ ਪਾਣੀਆਂ ਦਾ ਮੁੱਦਾ ਜਾਂ ਹੋਰ ਜਿਹੜੀਆਂ ਮੰਗਾਂ ਸੀ ਸਿੱਖਾਂ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਉਸ ਨੂੰ ਲੈ ਕੇ ਜਿਹੜੇ ਕਿ ਵਾਰ ਵਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਸਰਕਾਰਾਂ ਨੂੰ, ਪਰ ਜ਼ਾਲਮ ਸਰਕਾਰਾਂ ਦੇ ਵੱਲੋਂ ਇਹ ਚੀਜ਼ਾਂ ਸਰਕਾਰਾਂ ਕੋਲ ਸਹੀਆਂ ਨਹੀਂ ਗਈਆਂ। ਪਰ ਆਖਰ ਦੇ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜੀ ਗੋਲੀਬਾਰੀ ਹੁੰਦੀ ਰਹੀ ਆ ਉਸ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ, ਸੰਗਤਾਂ ਜਿਹੜੀਆਂ ਅੰਦਰ ਸੀ ਉਹ ਅੰਦਰ ਹੀ ਰਹਿ ਗਈਆਂ। ਪਰ ਆਖਰ ਦੇ ਵਿੱਚ ਸਰਕਾਰਾਂ ਦੀ ਮਨਸ਼ਾ ਕੀ ਹੈਗੀ ਸੀ? ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਹਮਲਾ ਹੋਇਆ, ਗੋਲੀਆਂ ਦੇ ਨਿਸ਼ਾਨ ਹੈਗੇ ਨੇ, ਇਹ ਜਿਹੜੀ ਡਿਊਟੀ ਦੇਖ ਰਹੇ ਹੋ ਇਸ ਇਹਦੇ ਉੱਪਰ ਗੋਲੀਬਾਰੀ ਹੋਈ, ਬੰਬ ਧਮਾਕੇ ਨਾਲ ਕੀਤੇ ਗਏ ਜਿਹੜੇ ਨਿਹੱਤੇ ਲੋਕਾਂ ਦੇ ਉੱਪਰ ਸੰਗਤ ਸੀ ਜਿਹੜੀ ਉਹਨਾਂ ਦੇ ਉੱਤੇ ਹਮਲਾ ਹੋਇਆ। ਜਿਹੜੇ ਉਸ ਟਾਈਮ ਮੌਜੂਦ ਸੀ ਸੰਗਤ ਉਹ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਮੌਜੂਦ ਨੇ। ਗਰੇਵਾਲ ਸਾਹਿਬ, ਜਦੋਂ ਜੂਨ ਦਾ ਮਹੀਨਾ ਆਉਂਦਾ ਲੱਗਦਾ ਕਿ ਸਿੱਖਾਂ ਦੇ ਜਿਹੜੇ ਜ਼ਖਮ ਆ ਉਹ ਹਰੇ ਹੁੰਦੇ। ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਇਹ ਪਾਲਕੀ ਦੀ ਗੱਲ ਕੀਤੀ ਆ, ਇਸ ਪਾਲਕੀ ਦੇ 39 ਸਾਲ ਲੰਘਣ ਤੋਂ ਬਾਅਦ ਵੀ ਇਸ ਪਾਲਕੀ ਦੇ ਅੰਦਰ ਜਿਹੜੇ ਜ਼ਖਮ ਨੇ ਤੁਸੀਂ ਦੇਖਦੇ ਹੋ ਕਿ ਇਹ ਗੋਲੀਆਂ ਦੇ ਨਿਸ਼ਾਨ ਹੈ ਜਾਂ ਉਹ ਗੋਲੀਆਂ ਦੇ ਜਿਹੜੇ ਨਿਸ਼ਾਨ ਹੈ, ਇਹ ਜਿਉਂਦਾ ਤਿਉਂ ਜਿਹੜੇ ਹਾਲੇ ਵੀ ਉਸ ਸਮੇਂ ਦੀ ਦਾਸਤਾਨ ਨੂੰ ਬਿਆਨ ਕਰਦੇ ਆ। ਇਹ ਤਾਂ ਇੱਕ ਇਮਾਰਤ ਹੈ ਜਿਹੜੀ ਇਮਾਰਤ ਅੱਜ ਵੀ ਇਸ ਗੱਲ ਨੂੰ ਮਹਿਸੂਸ ਕਰਦੀ ਹੈ ਅਤੇ ਤੁਹਾਡੇ ਲਈ ਇੱਕ ਸਬੂਤ ਦੇ ਤੌਰ 'ਤੇ, ਗਵਾਹੀ ਦੇ ਤੌਰ 'ਤੇ ਗਵਾਹੀ ਭਰ ਰਹੀ ਹੈ। ਅਤੇ ਇੱਕ ਸਿੱਖ ਦੀ ਮਾਨਸਿਕਤਾ ਦੇ ਉੱਤੇ ਕਿੱਡੇ ਕੁ ਵੱਡੇ ਡੂੰਘੇ ਜ਼ਖਮ ਹੋਣਗੇ ਜਦੋਂ ਕਿ ਇੱਕ ਐਸਾ ਸਥਾਨ ਹੈ ਜਿਹੜੀ ਕੁੱਲ ਦੁਨੀਆ ਦੀ ਕਾਇਨਾਤ ਨੂੰ ਇੱਥੇ ਸਨਮਾਨਦਾ ਅਤੇ ਹਰ ਵਰਗ ਅਤੇ ਹਰ ਜਾਤ ਦੇ ਅਤੇ ਹਰ ਧਰਮ ਦੇ ਲੋਕ ਇੱਥੇ ਆ ਕੇ ਇੱਕ ਵੱਖਰਾ ਜਿਹੜਾ ਆਨੰਦ ਪ੍ਰਾਪਤ ਕਰਦੇ ਆ। ਉਸ ਮਾਨਵਤਾ ਦੇ ਸਥਾਨ ਦੇ ਉੱਤੇ ਇਹ ਉਸੇ ਦੇਸ਼ ਆਪਣੇ ਹੀ ਦੇਸ਼ ਦੇ ਟੈਂਕ ਤੋਂ ਚੜ੍ਹ ਕੇ ਆਉਣ, ਅਤੇ ਜਿੱਥੇ ਕਿ ਇਹ ਕਿੰਨਾ ਕੁ ਏਰੀਆ ਸੀ, ਬੜਾ ਛੋਟਾ ਜਿਹਾ ਏਰੀਆ ਸੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਉਸ ਗੱਲ ਦਾ ਨਿਸ਼ਾਨਾ ਬਣਾਇਆ ਗਿਆ, ਟਾਰਗੇਟ ਬਣਾਇਆ ਗਿਆ ਕਿ ਇਹਨਾਂ ਕਰਕੇ ਇਹ ਕੀਤਾ ਜਾ ਰਿਹਾ। ਇਹ ਸਾਰਾ ਕੁਛ ਇੱਕ ਪਹਿਲਾਂ ਦੀ ਗਿਣੀ ਮਿਥੀ ਸਾਜ਼ਿਸ਼ ਸੀ ਜਿਹੜੀ ਕਿ ਇੰਦਰਾ ਗਾਂਧੀ ਦੀ ਆਪਣੀ ਸਿਆਸੀ ਧਰਾਤਲ ਜਿਹੜੀ ਹੈ ਐਮਰਜੈਂਸੀ ਦੇ ਮੋਰਚੇ ਤੋਂ ਬਾਅਦ ਉਹ ਖਤਮ ਹੋ ਗਈ ਸੀ। ਉਹਨੇ ਆਪਣੇ ਆਪ ਨੂੰ ਸਿਆਸੀ ਤੌਰ 'ਤੇ ਸਥਾਪਿਤ ਕਰਨ ਵਾਸਤੇ ਇਹ ਜਿਹੜਾ ਸ਼ਡਯੰਤਰ, ਭਾਵੇਂ ਕਿ ਇਹਦੀ ਜਿਹੜੀ ਬੰਨ ਨੂੰ ਆ ਜਨਰਲ ਕੇ ਸੁੰਦਰ ਜੀ ਇਹ ਗੱਲ ਦੱਸਦੇ ਆ ਕਿ 18 ਮਹੀਨੇ ਪਹਿਲਾਂ ਹੀ ਪਹਾੜੀ ਇਲਾਕੇ ਦੇ ਵਿੱਚ ਸ਼ਾਇਦ ਦੇਹਰਾਦੂਨ ਦਾ ਇਲਾਕਾ ਸੀ, ਉੱਥੇ ਇਸ ਗੱਲ ਦੀ ਮਸ਼ਕ ਕੀਤੀ ਗਈ ਸੀ ਕਿ ਕਾਲ ਤਖ਼ਤ ਕਿੱਧਰ ਆ, ਬਾਹੀਆਂ ਕਿੱਧਰ ਨੇ, ਕੀ ਆ, ਕਿਵੇਂ ਆ, ਸਾਰਾ ਕੁਛ, ਸਰੋਵਰ ਦੀ ਚੜ੍ਹਾਈ ਲੰਬਾਈ ਕਿੰਨੀ ਆ, ਕਿੱਥੋਂ ਘੰਟਾ ਘਰ ਦੀ ਡਿਊਟੀ ਆ, ਉਹ ਸਾਰਾ ਕੁਛ ਉੱਥੇ ਕੀਤਾ ਗਿਆ ਸੀ। ਅਤੇ ਇਹ ਵੀ ਗੱਲ ਲੋਕ ਅਤੇ ਸਿਆਣੇ ਲੋਕ ਇਹ ਕਹਿੰਦੇ ਆ ਕਿ ਟੈਂਕ ਤੋਂ ਚੜ੍ਹਨ ਦਾ ਕੋਈ ਜ਼ਰੂਰਤ ਨਹੀਂ ਸੀ, ਪਰ ਇਹ ਜਿਹੜਾ ਕੁਛ ਕੀਤਾ ਗਿਆ ਇਹ ਮਾੜੀ ਮਨਸ਼ਾ ਸੀ। ਸਭ ਤੋਂ ਮਾੜੀ ਗੱਲ ਹੈ ਕਿ ਇਸ ਦੇਸ਼ ਨੂੰ ਆਜ਼ਾਦ ਸਿੱਖਾਂ ਨੇ ਕਰਵਾਇਆ, ਉਦੋਂ ਆਜ਼ਾਦੀ ਨੂੰ ਕਾਇਮ ਰੱਖਣ ਵਾਲੇ ਸਿੱਖਾਂ ਨੇ ਸਿਰ ਦਿੱਤੇ, ਇਸ ਦੇਸ਼ ਨੂੰ ਪ੍ਰਫੁੱਲਿਤ ਕਰਨ ਲਈ, ਖੁਸ਼ਹਾਲ ਕਰਨ ਲਈ, ਹਰਿਆਲਾ ਕਰਨ ਵਾਸਤੇ ਸਿੱਖਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਅਤੇ ਇਸ ਇੱਕ ਧਾਰਮਿਕ ਸਥਾਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਉਹ ਆਪਣੇ ਆਪ ਦੇ ਵਿੱਚ ਏਡਾ ਕੁ ਡੂੰਘਾ ਜ਼ਖਮ ਅਤੇ ਨਸੂਰ ਆ ਜਿਹੜਾ ਰਿਸ਼ਤਾ ਤੁਰਿਆ ਜਾ ਰਿਹਾ, ਉਹਨੂੰ ਮੱਲਣ ਵਾਲੀ ਕੋਈ ਗੱਲ ਦਿਖਾਈ ਦੇ ਨਹੀਂ ਰਹੀ।
ਭਾਵੇਂ ਕਿ ਕੀਤੀ ਵੀ ਨਹੀਂ ਜਾਂਦੀ ਤੇ ਮਨਸ਼ਾ ਵੀ ਨਹੀਂ ਹੈਗੀ। ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੇਖੀਆਂ ਕਿ ਸਿੱਖ ਜਿਹੜੇ ਆ ਹਾਲੇ ਵੀ ਇਸ ਗੱਲ ਦੇ ਸਦਮੇ ਚੋਂ ਜਿਵੇਂ ਕਹਿੰਦੇ ਨੇ ਬਾਹਰ ਨਹੀਂ ਆਏਗੇ ਕਿ ਇਹ ਸਾਡੇ ਨਾਲ ਕਿਉਂ 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 ਇਹ ਵਾਪਰਿਆ। ਉਹ ਇਹ ਜਿਹੜੀਆਂ ਜਿਹੜੀ ਜਿਹੜੀ ਤਸਵੀਰ ਆ ਇਹ ਵਾਰ ਵਾਰ ਤਸਵੀਰ ਜਿਹੜੀ ਆ ਇਹ ਸਿੱਖਾਂ ਦੇ ਅੱਗੇ ਆਉਂਦੀ ਆ ਅਤੇ ਸਾਨੂੰ ਇਹ ਗੱਲ ਕਹਿੰਦੇ ਆ ਕਿ ਬੜੀ ਇੱਕ ਆਪਣੇ ਆਪ ਨੂੰ ਸਿਆਣਾ ਕਹਿਣ ਵਾਲੇ ਲੋਕ ਇਹ ਗੱਲ ਕਹਿੰਦੇ ਆ ਕਿ ਉਹਨੂੰ ਭੁੱਲ ਜਾਓ, 84 ਨੂੰ ਭੁੱਲ ਜਾਓ, ਚਾਹੇ ਜੂਨ 84 ਹੋਵੇ ਚਾਹੇ ਨਵੰਬਰ 84 ਹੋਵੇ ਭੁੱਲ ਜਾਓ। ਪਰ ਭੁੱਲਣ ਵਾਲੀ ਗੱਲ ਦਿਖਾਈ ਨਹੀਂ ਦੇ ਰਹੀ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਗੁਰੂਆਂ ਦੇ ਗੁਰੂ ਨੇ ਸਮੁੱਚੀ ਮਾਨਵਤਾ ਦੇ ਗੁਰੂ ਆ ਉਹਨਾਂ ਦੇ ਵਿੱਚ ਵੀ ਗੋਲੀਆਂ ਲੱਗੀਆਂ, ਪਵਿੱਤਰ ਹਰਿਮੰਦਰ ਸਾਹਿਬ ਨੂੰ ਵੀ ਗੋਲੀਆਂ ਨਾਲ ਬੰਨਿਆ ਗਿਆ, ਅਕਾਲ ਤਖ਼ਤ ਸਾਹਿਬ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ, ਕਿੰਨੇ ਸੈਂਕੜੇ ਜਿਹੜੇ ਸ਼ਰਧਾਲੂ ਸੀ ਉਹਨਾਂ ਨੂੰ ਕਿਨਾ ਸ਼ਹੀਦ ਕਰ ਦਿੱਤਾ ਗਿਆ। ਇਹ ਜਿਹੜੀ ਪ੍ਰਕਰਮਾ ਪਵਿੱਤਰ ਪ੍ਰਕਰਮਾ ਜਿੱਥੇ ਹਰ ਕਹਿੰਦੇ ਆ ਜਗ੍ਹਾ 'ਤੇ ਮੱਥੇ ਨੂੰ ਧੂੜ ਲਾਉਂਦੀ ਆ ਦੁਨੀਆਂ ਤੋਂ ਜਿਹੜੀ ਲੋਕ ਆਉਂਦੇ ਆ ਉਹ ਜਿਹੜੀ ਆ ਲਾਸ਼ਾਂ ਨਾਲ ਭਰੀ ਸੀ, ਜਿਹੜਾ ਪਵਿੱਤਰ ਸਰੋਵਰ ਸੀ ਉਹ ਖੂਨ ਨਾਲ ਰੰਗਾ ਹੋ ਗਿਆ, ਕਿਸ ਤਰ੍ਹਾਂ ਦਾ ਜਬਰ ਜਿਹੜਾ ਇੱਥੇ ਕੀਤਾ ਗਿਆ। ਤੋ ਉਹ ਆਪਣੇ ਆਪ ਦੇ ਵਿੱਚ ਇੱਕ ਇਸ ਦੁਨੀਆਂ ਦੇ ਉੱਤੇ ਮੈਂ ਤਾਂ ਖਾਸ ਤੌਰ 'ਤੇ ਹਿੰਦੁਸਤਾਨ ਦੀ ਆਜ਼ਾਦੀ ਤੋਂ ਲੈ ਕੇ ਇਸ ਹਿੰਦੁਸਤਾਨ ਦੇ ਇਸ ਸਫ਼ਰ ਦੇ ਅੰਦਰ 70-75 ਸਾਲ ਦੇ ਅੰਦਰ ਇਹ ਪਹਿਲੀ ਐਸੀ ਘਟਨਾ ਜਿਹਨੇ ਕਿ ਹਿੰਦੁਸਤਾਨ ਨੂੰ ਵੱਡਾ ਸ਼ਰਮਸ਼ਾਰ ਕੀਤਾ। ਅਤੇ ਇਸ ਗੱਲ ਦਾ ਮੁਆਵਜ਼ਾ ਜਿਹੜਾ ਦੇਖੋ ਇੱਕ ਗੱਲ ਦਾ ਇਹ ਗੱਲ ਜਾਣਨੀ ਪਏਗੀ ਅਤੇ ਮੰਨਣੀ ਪਏਗੀ ਕਿ ਇਤਿਹਾਸ ਦੱਸਦਾ ਜੇ ਇੱਥੇ ਚਾਹੇ ਅਬਦਾਲੀ ਆਇਆ ਚਾਹੇ ਇਸੇ ਮੱਸਾ ਰੰਗਣ ਹੋਣੀ ਸੀ ਚਾਹੇ ਕੋਈ ਵੀ ਆਏ ਜਿਨ੍ਹਾਂ ਨੇ ਹਮਲਾ ਕੀਤਾ ਤਾਂ ਉਹ ਜਿਹੜੇ ਆ ਬਹੁਤ ਹੀ ਦੇਰ ਜਿੰਦਾ ਨਹੀਂ ਰਹੇ। ਅਤੇ ਉਸੇ ਰਾਹ 'ਤੇ ਜਿਹੜਾ ਦੇਸ਼ ਦਾ ਵੱਡਾ ਦਰਖਤ ਜਿਹਨੂੰ ਇੰਦਰਾ ਗਾਂਧੀ ਕਹਿੰਦੇ ਆ ਉਹ ਜਦੋਂ ਡਿੱਗਿਆ ਅਤੇ ਉਹਨੇ ਡਿੱਗਣਾ ਹੀ ਸੀ ਪਰ ਉਹਦੇ ਡਿੱਗਣ ਨਾਲ ਭਾਵੇਂ ਫਿਰ ਸਿੱਖਾਂ 'ਤੇ ਵੱਡਾ ਜਿਵੇਂ ਕਹਿੰਦੇ ਹੁੰਦੇ ਜਬਰ ਹੋਇਆ ਅਤੇ ਜ਼ੁਲਮ ਹੋਇਆ ਪਰ ਇਤਿਹਾਸ ਨੇ ਆਪਣੀ ਗਵਾਹੀ ਦਿੱਤੀ ਆਪਣੇ ਆਪ ਨੂੰ ਮੁੜ ਤੋਂ ਜਿਹੜਾ ਦੁਨੀਆਂ ਦੇ ਅੰਦਰ ਸਾਬਤ ਕੀਤਾ ਕਿ ਇਤਿਹਾਸ ਜਿਹੜਾ ਜਿਉਂਦਾ। ਦਰਮਿਆਨ ਸਾਹਿਬ ਇੱਕ ਚੀਜ਼ ਹੋਰ ਹੈਗੀ ਆ ਕਿ ਉਮਰ ਕਿੰਨੀ ਸੀ ਤੁਹਾਡੀ ਉਸ ਟਾਈਮ ਜਦੋਂ ਤੁਸੀਂ ਇਹ ਕਿੰਨੀ ਤਰੀਕ ਇੱਥੇ ਪਹੁੰਚਦੇ ਤੁਸੀਂ ਹਰਿਮੰਦਰ ਸਾਹਿਬ? ਦੇਖੋ ਮੇਰੀ ਉਮਰ ਤਾਂ 22 ਸਾਲ ਸੀ, ਮੈਂ ਇੰਜੀਨੀਅਰਿੰਗ ਕਾਲਜ ਦਾ ਸਟੂਡੈਂਟ ਸੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਜਿਹੜਾ ਕਿ ਇੱਕ ਕੇਂਦਰ ਸੀ ਸਾਰੇ ਸਿੱਖਾਂ ਦੀ ਮੂਵਮੈਂਟ ਦਾ। ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਉਸ ਲਹਿਰ ਦੇ ਵਿੱਚ ਅਸੀਂ ਸਾਰੇ ਸ਼ਾਮਿਲ ਹੋਏ ਅਤੇ ਸੰਤਾਂ ਵੱਲੋਂ ਹੁਕਮ ਹੁੰਦਾ ਸੀ ਕਿ ਹਰ ਰੋਜ਼ ਦੇ ਪੰਜਾਬ ਜਾਂ ਦੇਸ਼ ਦੇ ਕੋਨੇ ਤੋਂ ਲੋਕ ਜਿਹੜੇ ਆ ਇੱਥੇ ਆ ਕੇ ਪਹਿਰਾ ਦਿੰਦੇ ਸੀ। ਸੋ ਪਹਿਰੇਦਾਰੀ ਕਰਦੇ ਸੀ, ਰਾਤ ਨੂੰ ਪਹਿਰਾ ਦਿੰਦੇ, ਸਵੇਰੇ ਚਲੇ ਜਾਣਾ ਉਹਨਾਂ ਨੇ। ਸੋ ਉੱਥੋਂ ਇਹ ਗੱਲ ਕਹੀ ਜਾਂਦੀ ਸੀ ਕਿ ਜੇ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਤਾਂ ਤੁਸੀਂ ਇਸ ਦਾ ਜਵਾਬ ਦੇਣਾ। ਸੋ 1 ਤਰੀਕ ਨੂੰ ਜਦੋਂ CRP ਨੇ ਜਿਹੜਾ ਗੋਲੀਬਾਰੀ ਕੀਤੀ ਜਿਹਦੇ 'ਚ ਮਹਿੰਗਾ ਸਿੰਘ ਹੁਣੀ ਸ਼ਹੀਦ ਹੁੰਦੇ ਆ, ਉਸ ਦਿਨ ਫਿਰ ਅਸੀਂ ਠਾਣ ਲਿਆ ਕਿ ਅਸੀਂ ਦਰਬਾਰ ਸਾਹਿਬ ਜਾਣਾ ਕਿਉਂਕਿ ਜਦੋਂ ਅਸੀਂ ਇਹ ਗੱਲ ਮੰਨ ਲਈ ਸੀ ਕਿ ਜੇ ਹਮਲਾ ਹੋਇਆ ਅਸੀਂ ਉੱਥੇ ਪਹੁੰਚਾਂਗੇ। 1 ਤਰੀਕ ਨੂੰ ਜਿਹੜੀ ਗੋਲੀ ਚੱਲਣ ਤੋਂ ਬਾਅਦ 2 ਤਰੀਕ ਨੂੰ ਅਸੀਂ ਇੱਥੇ ਪਹੁੰਚਦੇ ਹਾਂ, ਭਾਵੇਂ ਕਿ ਕਰਫਿਊ ਸੀ ਪਰ ਅਸੀਂ ਬੜੀ ਜੱਦੋਜਹਿਦ ਤੋਂ ਬਾਅਦ ਅਸੀਂ ਅੰਦਰ ਆਏ ਅਤੇ ਬੜਾ ਵੱਖਰੇ ਤਰ੍ਹਾਂ ਦਾ ਮਾਹੌਲ ਸੀ। ਉਧਰਲੇ ਪਾਸੇ ਪੁਲਿਸ ਜਿਹੜੀ CRPC ਦੇ ਇਧਰਲੇ ਪਾਸੇ ਸਿੰਘ ਸੀ, ਜਦੋਂ ਦਰਸ਼ਨ ਡਿਊਟੀ 'ਤੇ ਆਏ ਹਾਂ ਅਸੀਂ ਉਹ ਇੱਦਾਂ ਲੱਗ ਰਿਹਾ ਸੀ ਕਿ ਅਸੀਂ ਦੋ ਦੇਸ਼ਾਂ ਦੀ ਸਰਹੱਦ ਦੇ ਕਹਿੰਦੇ ਹੁੰਦੇ ਆ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਚੀਜ਼ ਮੈਂ ਵਿੱਚ ਇੱਥੇ ਸਮਝਣਾ ਚਾਹੂੰਗਾ ਕਿ ਇਹ ਜਿਹੜਾ ਤੁਸੀਂ ਰਸਤਾ ਮੈਨੂੰ ਥੋੜ੍ਹਾ ਜਿਹਾ ਸਮਝਾਇਆ, ਜਿਹੜੀ ਸ਼ਰਧਾਲੂ ਦੇਖ ਰਹੇ ਨੇ ਦੇਸ਼ ਵਿੱਚ, ਕਈਆਂ ਨੂੰ ਪਤਾ ਨਹੀਂ ਹੈਗਾ ਕਿ ਕਿਸ ਰਸਤੇ ਤਾਰੀ ਜਿਹੜੀਆਂ ਫੌਜਾਂ ਆਈਆਂ ਸੀ, ਕਿਸ ਰਸਤੇ ਤਾਰੀ ਜਿਹੜੇ ਟੈਂਕ ਆਏ ਸਨ? ਦੇਖੋ ਫੌਜਾਂ ਤਾਂ ਚਾਰੇ ਪਾਸਿਆਂ ਤੋਂ ਆਈਆਂ 5 ਤਰੀਕ ਦੀ ਰਾਤ ਨੂੰ, ਇਹ ਦਰਸ਼ਨੀ ਜੁੜੀ ਆ, ਇੱਧਰ ਦਰਸ਼ਨੀ ਜੁੜੀ ਆ, ਬੈਕ ਸਾਈਡ 'ਤੇ ਆ, ਉੱਧਰਲੇ ਪਾਸੇ ਜਿਹੜੇ ਟੈਂਕ ਆਉਂਦੇ ਆ ਉਹ ਟੈਂਕ ਜਿਹੜੀ ਸਰਾਂ ਅਤੇ ਲੰਗਰ ਦੇ ਵਿਚਕਾਰ ਜਿਹੜੀ ਹੁਣ ਗੁਰੂ ਅਰਜਨ ਦੇਵ ਨਿਵਾਸ ਆ ਇੱਥੇ ਇੱਥੇ ਕਾਰ ਰੈਸਟ ਹਾਊਸ ਸੀ, ਉਹਦੇ ਵਿਚਕਾਰ ਦੀ ਉਹ ਜਿਹੜੀ ਸਰਾਂ ਵਾਲਾ ਗੇਟ ਆ ਜਿਹੜਾ ਉਹ ਤੋੜ ਕੇ ਟੈਂਕ ਜਿਹੜੇ ਅੱਗੇ ਆਏ ਆ, ਉਹ ਸਾਹਮਣੇ ਜਿਹੜਾ ਲੰਗਰ ਸਾਹਿਬ ਵਾਲਾ ਰਸਤਾ ਉੱਥੋਂ ਦੀ ਪੌੜੀਆਂ ਤੋਂ ਦੀ ਤੋੜ ਕੇ ਇੱਥੋਂ ਦੀ ਇਸ ਘੰਟਾ ਘਰ ਦੇ ਕੋਲੇ ਉਹ ਪਹੁੰਚਦੇ ਆ ਅਤੇ ਇਸ ਘੰਟਾ ਘਰ ਕੋਲੇ ਜਿਹੜਾ ਉਹਦਾ ਟੈਂਕ ਦਾ ਜਿਹੜਾ ਚੈਨ ਆ ਉਹ ਤੋੜ ਦਿੱਤੀ ਜਾਂਦੀ ਆ। ਸੋ ਉਹ ਇੱਥੇ ਖੜ੍ਹ ਕੇ ਫਿਰ ਉਹ ਸਾਰਿਆਂ ਜਿਹੜਾ ਵਾਰ ਕਰਦਾ। ਸੋ ਇੱਥੇ ਤੋਪਾਂ ਵੀ ਸਨ ਅਤੇ ਟੈਂਕ ਤਾਂ ਚਲੋ ਹੈ ਹੀ ਸੀ ਇੱਥੇ, ਹੋਰ ਕਈ ਆਏ। ਸੋ ਉਹਦੇ ਮਗਰ ਫੌਜ ਜਿਹੜੀ ਆਈ 5 ਤਰੀਕ ਦੀ ਰਾਤ ਨੂੰ ਜਿਹੜਾ ਪਰਲਾ ਸਾਈਡ ਸੀ ਸਰਾਵਾਂ ਵਾਲੀ ਸਾਈਡ ਉਹ ਸਾਰੀ ਜਾਂ ਲੰਗਰ ਸਾਈਡ ਉਹਦੇ ਉੱਤੇ ਫੌਜ ਜਿਹੜੀ ਆ ਉਹ ਰਾਤ ਤੱਕ ਕਾਬਜ਼ ਹੋ ਗਈ ਸੀ। ਅਤੇ ਰਾਤ ਸਾਰੀ ਰਾਤ ਪਹਿਲਾਂ 4 ਤਰੀਕ ਦੀ ਰਾਤ 5 ਤਰੀਕ ਦੀ ਰਾਤ ਇਹ ਸਾਰਾ ਜਿਹੜਾ ਜੰਗ ਯੁੱਧ ਚੱਲਦਾ ਰਿਹਾ ਅਤੇ ਉਸ ਤੋਂ ਬਾਅਦ 6 ਤਰੀਕ ਨੂੰ ਸਵੇਰੇ ਜਿਹੜਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸਵੇਰ ਦੇ ਸਮੇਂ 'ਚ ਅਰਦਾਸ ਕਰਕੇ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆ ਕੇ ਲੜਦਿਆਂ ਹੋਇਆਂ ਆਪਣੀ ਸ਼ਹਾਦਤ ਦਿੱਤੀ ਆ ਉਹਨਾਂ ਨੇ। ਇਹ ਉਸ 6 ਤਰੀਕ ਦਾ ਜਿਹੜਾ ਵਰਤਾਂਤ ਆ। 7 ਤਰੀਕ ਰਾਤ ਤੱਕ ਜਿਹੜਾ ਇਹ ਸਾਰਾ ਚੱਲਦਾ ਰਿਹਾ ਅਤੇ 7 ਨੂੰ ਫਿਰ ਇੱਥੋਂ ਜਿਹੜੇ ਗ੍ਰਿਫਤਾਰ ਕੀਤੇ ਗਏ ਲੋਕ ਸੀ ਜਿਨ੍ਹਾਂ 'ਚ ਅਸੀਂ ਵੀ ਸੀ ਉਹਨਾਂ ਨੂੰ ਫੜ ਕੇ ਜਿਹੜਾ ਹੈ
फौज की जी कंटोनमेंट आ जो छाउनी है वो शिफ्ट किया गया। एक चीज़ हो रहा जिते हम संगत सरोवर के किनारे आ कहते तो लाशा के ढेर से खून ही खून से। मैं उही तो पहला दस रहा कि इधरली साइड से सारे बरांडे जोड़ा भी शहीद हो जाता उन्होंने बरांडे लम्बी पाई जिंदा तस्वीर भी फौज वालों भी तैयार की गई तो जरा सरोवर से सरोवर से आ जिन्ना जड़िया परिक्रमा का जरा खून सगा वह सारा सरोवर में गया तो सरोवर का रंग भी उस समय के चश्मदीद इस गल की गवाही भरते कि रंग लाल हो चुके सो बड़ा एक माड़ा मंजर से कहते कि जिन्हें थोड़े सह गए से उन्होंने गोलियां मारिया जाए उस टाइम बच्चों बजुर्गों क्योंकि वह जी फौज की पलटन से उसनू इन्नी आस नहीं सी कि आपदे साथी जिहड़े एड्डी वड्डी पद्धर ते मारे जाणगे उस गल लई वी उन्हां पहलां तां नफरत भर के लियांदी गई सी। उस तों बाद जदों उन्हां दे आपदे बंदे मारे गए ते उन्हां दे अंदर एक बहुत वड्डा रोस सी साडे खिलाफ सी जिहड़ा सरहां दे विच वापरिया वह भी यही जिहड़ी पलटन सी जिहदे बंदे मरे सी सरहां दे विच बैठे शरधालूआं ते गोलियां मार दित्तियां गईआं। सब तों वध हत्थे शरधालू जिहड़े आ उह सरहां दे उस विहड़े विच मारे गए जिहदे जिहड़े कि 7 तरीक दी छे की रात ना वापरता। साहब एक चीज़ हो रही है 39 साल हो गए इस चीज़ में 84 की सिख इंसाफ की मांग कर रहे हैं पर आखिर के सिखों को कदों इंसाफ मिलेगा क्योंकि कितने भी आफत आती किसी भी कंट्री के सिख वध चढ़ के हिस्सा बनते पर जो सिखा तो कोई मुश्किल आती कोई खड़ा नहीं। यही तो साढ़े दुख की गल है कि इस देश लई जिन्ना को सिखा ने किया कोई मुआवजा लैन नहीं सी किया उन्होंने इस देश के अंदर एक चंगे नागरिक के तौर पर रहन दे लई अपनी धर्म ते कौम दी क्योंकि साड़ी जिहड़ी सिखां दी इह धरती आ इह साड़ी जन्म भूमि है जिथे गुरु पातशाहियां ने अवतार धारिया इत्थे दुनिया ते विचरे उस तो बाद श्री गुरु ग्रंथ साहिब दी संपादना इत्थे धरती ते हुई आनंदपुर साहिब दी धरती ते खालसे दी साजना की गई इह सारा कुछ सिखां दी रूह नाल जुड़िया जिहड़ा पंजाब आ तो उह उत्थे लोक जिहड़े आ सिख अपने आप नूं अज भी देश दियां सरकारां भावें कोई भी आईआं चाहे इत्थे नहरू गांधी दा परिवार आया जां अज दे मोदी जां वगैरह आए उन्हां किसे ने भी आ मन करके इस दुख दा मलम लाउण दी कोई गल नहीं कीती सगों दे हर नवीं सवेर कोई ना कोई ऐसा हमला ऐसा वितकरा जिहड़ा करदे जा रहे ने जिहदे नाल सिखां दे मन दे अंदर डूंगा रोस है। लास्टला सवाल बंदी सिंह लंबे समय तो सजावं कट रहे 30 साल तो उपर हो गए हैं अद्धिया उम्र उन्हों की हो चुके हैं पर केंद्र सरकार की की मंशा लगती है कि इन्ने उन्होंने चिट्ठिया भी लिखिया गई IGPC वालों तो वफद भी मिल के आया पर उन्होंने रिहा क्यों नहीं किया जा रहा। देखो यो तुम एक जिक्र किया कि मंशा जे मंशा सही हो सारा कुछ हो सकता सरकार अपनी मंशा बदलनी पेगी असी आस की कि कांग्रेस तो बाद जो कोई बदल आएगा वो साड़ी गल करेगा साड़ी गल सुनेगा साडे नाल न्याय करेगा पर साडू दुख नाल कहना पैंदा कि भावें कि इस पंजाब दे अंदर सिखां दी एक नामवर पार्टी थोड़ा बहुता सानू इस गल दा सहारा भी मिलिया पर अज सानू दिखाई दे रहा कि उन्हां वल्लों भी कोई सानू ऐसी गल देखण विच जां आउण वाले समें विच दिखाई नहीं दे रही जिहदे नाल सिख ये समझण कि असीं इस देश दे चंगे नागरिक हां ते असीं इत्थे शांति नाल ते सन्मान नाल रह सकदे हां। धन्नवाद। बिल्कुल जी June 1984 की जो ये घटना वापरी सी श्री अकाल तख्त साहब के उपर हमला होया गोलियां दे निशान हजे तक है ने बंबा दे नाल हमला किया गया गुरु ग्रंथ साहब ढह ढेर किया गया हजे तक वो निशान है ने पर हमेशा ही सिखां दे नाल क्यों धक्का हुंदा इस सवाल इस चुकया जा रहा पर सवाल हुण ये भी आ रहा कि 39 साल हो गए ने 39 साल हो गए ने पर सिखां दे वल्लों इंसाफ की मांग की जा रही है 1 तरीक तो लैके 6 जून तक जिहड़ी गोलीबारी हरिमंदर साहब ते हुंदी रही जिहड़े शरधालू सी निहत्ते लोग सी जिहड़े हरिमंदर साहब मत्था टेकण अपने परिवारां नाल पहुंचे सी उन्हां दे उपर गोलीबारी हुई जिहड़े कीर्तन कर रहे सी उन्हां नूं गोलियां लगियां पर आखिर दे विच इह जदों भी June 1984 आउंदा ते जिहड़े नौजवान ने जां बजुर्ग ने जां बीबियां ने उन्हां दीआं अखां भर हुंदीआं ने क्योंकि उदों घटना बहुत वड्डी वापरी सी हरिमंदर साहब जिथे निहत्ते लोगों के उपर छोटे छोटे बच्चों के उपर हमला भारतीय फौजों के वलों किया गया। कैमरामैन मनोज दे नाल मजिंदर सिंह लिविंग इंडिया न्यूज़ अमृतसर।